ਵੈਲਕਮ ਟੂ ਫਸਟ ਟੇਕ ਸ਼ੋਅ, ਜਿੱਥੇ ਅਸੀਂ ਹਰ ਹਫਤੇ ਲੈ ਕੇ ਆਉਂਦੇ ਹਾਂ ਉਸ ਦਿਨ ਦੀਆਂ ਹੋਈਆਂ ਰਿਲੀਜ਼ ਮੂਵੀਜ਼ ਦੇ ਰਿਵਿਊ। ਰੋਹਿਤ ਕੁਮਾਰ, ਸੰਜੀਵ ਕੁਮਾਰ, ਰੰਗਰੇਜ਼ਾ ਫਿਲਮਸ ਇਨ ਐਸੋਸੀਏਸ਼ਨ ਵਿਦ ਓਮ ਜੀ ਗਰੁੱਪ ਦੀ ਸਮੀਪ ਕੰਗ ਵੱਲੋਂ ਡਾਇਰੈਕਟਿਡ ਨੌਕਰ ਵਾਟੀ ਦਾ ਮੂਵੀ ਅੱਜ ਹੋਈ ਹੈ ਰਿਲੀਜ਼। ਫਿਲਮ ਵਿੱਚ ਬਿੰਨੂ ਢਿੱਲੋਂ ਅਤੇ ਕਾਫੀ ਲੰਬੇ ਗੈਪ ਤੋਂ ਬਾਅਦ ਆਈ ਕੁਲਰਾਜ ਰੰਧਾਵਾ ਦੇ ਨਾਲ ਨਾਲ ਹਰਪਾਲ, ਉਪਾਸਨਾ ਸਿੰਘ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ ਅਤੇ ਦਿਲਪ੍ਰੀਤ ਏਂਜਲ ਨੇ ਕੰਮ ਕੀਤਾ। ਪੂਰੀ ਰਿਸ਼ਤਿਆਂ ਦੀ ਮਿਕਸ ਵਿੱਚ ਬਣਾ ਕੇ ਧਰ ਦਿੰਦਾ। ਜਿਹੇ ਜਾ ਵੇਲਰ ਤੂੰ, ਉਹੇ ਜਾ ਤੇਰਾ ਲਖਾਰੀ ਯਾਰ ਸ਼ਵਿੰਦਰ। ਤੈਨੂੰ ਪਤਾ ਕਿੰਨੀ ਇੱਜ਼ਤ ਕਰਦਾ ਮੇਰੀ ਉਹ ਗੋਲਡੀ ਸਾਲਿਆ ਕੁੱਤਿਆ ਕਮੀਨਿਆ, ਜੀ ਕਰਦਾ ਤੇਰੇ ਕੰਨ ਤੇ ਥੱਪੜ ਮਾਰਾਂ ਮੈਂ। ਜੇ ਇਹਨੂੰ ਇੱਜ਼ਤ ਕਹਿਣਾ। ਕਹਾਣੀ ਇੱਕ ਸੈਪਰੇਟ ਹੋਣ ਜਾ ਰਹੇ ਕਪਲ ਦੀ ਹੈ, ਜਿਨ੍ਹਾਂ ਦੀ ਇੱਕ ਬੇਟੀ ਹੈ ਜੋ ਦੋਵਾਂ ਨੂੰ ਹੀ ਪਿਆਰ ਕਰਦੀ ਹੈ। ਹਸਬੈਂਡ ਵੀ ਵੱਖ ਨਹੀਂ ਹੋਣਾ ਚਾਹੁੰਦਾ, ਪਰ ਨਾਰਾਜ਼ ਹੋਈ ਵਾਈਫ ਨੂੰ ਮਨਾਉਣ ਲਈ ਉਹ ਕੀ ਪਾਪੜ ਵੇਲਦਾ, ਉਹੀ ਹੈ ਨੌਕਰ ਵਾਟੀ ਦਾ। ਐਕਟਿੰਗ ਦੀ ਗੱਲ ਕਰੀਏ ਤਾਂ ਬਿੰਨੂ ਢਿੱਲੋਂ ਇੱਕ ਨਵੇਂ ਕੈਰੇਕਟਰ 'ਚ ਨਜ਼ਰ ਆਏ ਨੇ ਅਤੇ ਆਪਣੇ ਕੈਰੇਕਟਰ ਦੇ ਨਾਲ ਪੂਰਾ ਇਨਸਾਫ ਕੀਤਾ। ਹੋ ਜਾਂਦੀਆਂ ਨੇ ਕੀ ਮੇਰੀ ਸ਼ਵਿੰਦਰ ਨਾਲ ਲੜਾਈ ਹੋ ਗਈ ਹੈ, ਮੈਂ ਘਰ ਛੱਡ ਕੇ ਆ ਗਈ। ਕੁਲਰਾਜ ਰੰਧਾਵਾ ਨੂੰ ਕਾਫੀ ਵੱਡੇ ਗੈਪ ਤੋਂ ਬਾਅਦ ਔਨ ਸਕਰੀਨ ਦੇਖਣਾ ਵਾਜ਼ ਅ ਟ੍ਰੀਟ। ਇਸ ਤੋਂ ਇਲਾਵਾ ਜਸਵਿੰਦਰ ਭੱਲਾ ਐਂਡ ਉਪਾਸਨਾ ਸਿੰਘ ਦੀ ਜੋੜੀ ਵੀ ਕਾਫੀ ਵਧੀਆ ਲੱਗਦੀ ਹੈ। ਬੇਬੀ ਦਿਲਪ੍ਰੀਤ ਦਾ ਕੰਮ ਕਾਫੀ ਸ਼ਾਨਦਾਰ ਹੈ। ਡਾਇਰੈਕਟਰ ਸਮੀਪ ਕੰਗ ਦੀ ਡਾਇਰੈਕਸ਼ਨ ਕਮਾਲ ਦੀ ਹੈ। ਕੌਮਿਕ ਟਾਈਮਿੰਗ ਦਾ ਖਾਸ ਖਿਆਲ ਰੱਖਦਿਆਂ ਉਹਨਾਂ ਨੇ ਆਡੀਅੰਸ ਨੂੰ ਹਰ ਐਕਸਪ੍ਰੈਸ਼ਨ ਤੇ ਇਮੋਸ਼ਨ ਪਰੋਸ ਕੇ ਦਿੱਤਾ ਇਸ ਫਿਲਮ ਰਾਹੀਂ। ਫਿਲਮ 'ਚ ਮਿਊਜ਼ਿਕ ਦਾ ਕੋਈ ਜ਼ਿਆਦਾ ਸਕੋਪ ਨਹੀਂ ਰਿਹਾ, ਬਟ ਜਿੰਨੇ ਵੀ ਸੌਂਗਸ ਨੇ ਉਹ ਕਮਾਲ ਦੇ ਨੇ, ਜਿਨ੍ਹਾਂ ਦਾ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ। ਮੂਵੀ 'ਚ ਇੱਕ ਆਈਟਮ ਸੌਂਗ ਵੀ ਐਡ ਕੀਤਾ ਗਿਆ ਸੀ, ਦੇਵ ਖਰੌੜ ਐਂਡ ਜਪਜੀ ਖਹਿਰਾ ਦੇ ਨਾਲ, ਜੋ ਕਾਫੀ ਹਿੱਟ ਹੈ। ਕੁੱਲ ਮਿਲਾ ਕੇ ਮੂਵੀ ਫੈਮਿਲੀ ਨਾਲ ਦੇਖਣ ਲਾਇਕ ਹੈ। ਟੁੱਟਦੇ ਰਿਸ਼ਤਿਆਂ ਨੂੰ ਬਚਾਉਣ ਲਈ ਇੱਕ ਮੌਕਾ ਤਾਂ ਦੇਣਾ ਹੀ ਚਾਹੀਦਾ, ਇਹੀ ਦੱਸਦੀ ਹੈ ਮੂਵੀ। ਅਸੀਂ ਇਸ ਨੂੰ ਦਿੰਦੇ ਹਾਂ 4.5 ਸਟਾਰਸ। ਪਬਲਿਕ ਕੀ ਕਹਿੰਦੀ ਹੈ, ਆਓ ਦੇਖਦੇ ਹਾਂ। ਅੱਜ ਅਸੀਂ ਆਏ ਹਾਂ ਇੱਥੋਂ ਦੇ ਲੋਕਲ ਥੀਏਟਰ ਦੇ ਵਿੱਚ, ਜਿਹੜੇ ਸਾਨੂੰ ਕੈਨੇਡਾ ਤੋਂ ਬਾਹਰ ਵੇਖ ਰਹੇ ਨੇ। ਆਹ ਥੀਏਟਰ ਜਿਹੜਾ ਹੈ, ਇੱਥੇ ਅੱਜ ਕੱਲ੍ਹ ਜ਼ਿਆਦਾ ਪੰਜਾਬੀ ਫਿਲਮਾਂ ਲੱਗ ਰਹੀਆਂ ਨੇ। ਵੈਸੇ ਗੋਰਿਆਂ ਦਾ ਥੀਏਟਰ ਹੈ, ਪਰ ਕਿਉਂਕਿ ਫਿਲਮਾਂ ਇੰਨੀਆਂ ਹੋ ਗਈਆਂ ਨੇ, ਗੋਰਿਆਂ ਦੀ ਫਿਲਮਾਂ ਘੱਟ ਲੱਗਦੀਆਂ ਨੇ, ਪੰਜਾਬੀ ਫਿਲਮਾਂ ਜ਼ਿਆਦਾ ਲੱਗਦੀਆਂ ਨੇ। ਹੁਣ ਜਿਵੇਂ ਮੇਰੇ ਨਾਲ ਖੜ੍ਹੇ ਨੇ ਮੇਰੇ ਫੈਲੋ ਐਕਟਰ, ਇਹਨਾਂ ਨੂੰ ਇੱਕ ਅੱਧੀ ਮੂਵੀ ਭਾਵੇਂ ਮਿਸ ਹੋ ਜਾਵੇ ਇਹਨਾਂ ਦੀ, ਬਟ ਹਰ ਇੱਕ ਮੂਵੀ ਦੇ ਵਿੱਚ ਇਹਨਾਂ ਦਾ ਪਾਰਟ ਹੁੰਦਾ। ਕਰਮਜੀਤ, ਕਰਮਜੀਤ, ਹਾਊ ਡੂ ਯੂ ਹੈਂਡਲ ਇੰਨੀਆਂ ਜਿਹੜੀਆਂ ਫਿਲਮਾਂ ਹੈਗੀਆਂ ਨੇ? ਮੈਂ ਸੁਣਦਾ ਹੁੰਦਾ ਕਿ ਜਿਹੜੇ ਬਾਲੀਵੁੱਡ ਦੇ ਐਕਟਰਸ ਨੇ ਬੈਕ ਟੂ ਬੈਕ ਜਿਹੜੀ ਇੱਕ ਦੂਜੇ ਦੀ ਫਿਲਮ, ਉਸ ਕੈਰੈਕਟਰ ਦੇ ਵਿੱਚ ਆਉਣਾ ਜਾਂ ਸਟੋਰੀ ਚੇਤੇ ਰੱਖਣੀ ਜਾਂ ਡਾਇਲੋਗ ਚੇਤੇ ਰੱਖਣਾ, ਇਹ ਕੀ ਕਲਾ ਹੈਗੀ ਹੈ? ਦੇਖੋ ਜੀ, ਇਹ ਪਰਮਾਤਮਾ ਦੀ ਮਿਹਰ ਹੈ ਔਰ ਸਾਰੇ ਦਰਸ਼ਕਾਂ ਦਾ ਇਹ ਪਿਆਰ ਹੈ ਜੀ ਮੇਰੇ ਪ੍ਰਤੀ, ਕਿ ਮੈਨੂੰ ਇੰਨਾ ਮਾਣ ਦਿੰਦੇ ਆ। ਔਰ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਹਰ ਇੱਕ ਫਿਲਮ ਦੇ ਵਿੱਚ ਕੋਈ ਨਾ ਕੋਈ ਵੱਖਰਾ ਕਰੈਕਟਰ ਕਰਾਂ, ਇਸ ਕਰਕੇ ਸ਼ਾਇਦ ਲੋਕ ਮੈਨੂੰ ਵੱਧ ਪਿਆਰ ਕਰਦੇ ਨੇ। ਸੋ ਮੈਂ, ਮੇਰੀ ਵੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦੀ ਕਸਵੱਟੀ ਦੇ ਉੱਤੇ ਮੈਂ ਖਰਾ ਉਤਰਦਾ ਰਹਾਂ। ਕਰਮਜੀਤ, ਬੈਨ ਜਦੋਂ ਫਿਲਮਾਂ 'ਚ ਕੰਮ ਕਰਦੇ ਹੋ, ਜਿਹੜੀ ਅਪਰੋਚ ਹੁੰਦੀ ਹੈ ਤੁਹਾਨੂੰ ਵੀ ਤੁਸੀਂ ਸਾਡੀ ਫਿਲਮ 'ਚ, ਇੱਥੇ ਤਾਂ ਏਜੰਟਸ ਹੈਗੇ ਨੇ, ਏਜੰਟਸ ਜਾਂ ਮੈਨੇਜਰਸ ਹੈਗੇ ਨੇ, ਚੰਡੀਗੜ੍ਹ ਦੇ ਵਿੱਚ ਕੀ ਸਿਸਟਮ ਚੱਲਦਾ? ਹਾਊ ਡੂ ਦੇ ਅਪਰੋਚ ਯੂ, ਬਈ ਸਾਡੇ ਕੋਲ ਆਹ ਸਕ੍ਰਿਪਟ ਹੈਗੀ ਹੈ ਅਤੇ ਇਹਦੇ ਵਿੱਚ ਤੁਸੀਂ ਕੰਮ ਕਰਨਾ, ਯੇ ਜਾਂ ਨੇ, ਇਹ ਕੌਣ ਕਹਿੰਦਾ ਹੈਗਾ? ਦੇਖੋ ਜੀ, ਮੇਰੇ ਕੋਲ ਸਾਰੇ ਸਿੱਧੀ ਅਪਰੋਚ ਕਰਦੇ, ਜਿਹੜਾ ਵੀ ਬੰਦਾ ਕਰਦਾ। ਮੈਂ ਕੋਈ ਮੈਨੇਜਰ ਨਹੀਂ ਰੱਖਿਆ, ਮੈਂ ਖੁਦ ਆਪਣੇ ਆਪ ਨੂੰ ਮੈਨੇਜ ਕਰਦਾ ਔਰ ਸਾਰੇ ਬੰਦੇ ਮੇਰੇ ਨਾਲ ਡਾਇਰੈਕਟਲੀ ਗੱਲ ਕਰਦੇ ਨੇ ਔਰ ਬੜਾ ਐਕਸਪੀਰੀਅੰਸ ਵਧੀਆ ਰਹਿੰਦਾ ਜਦੋਂ ਤੁਸੀਂ ਡਾਇਰੈਕਟ ਗੱਲ ਕਰਦੇ ਹੋ। ਵਿੱਚ ਕਈ ਵਾਰੀ ਵਿਚੋਲੇ ਗੜਬੜ ਵੀ ਕਰ ਦਿੰਦੇ ਆ ਅਤੇ ਉਹ ਪ੍ਰੋਡਿਊਸਰਸ ਦੇ ਲਈ ਵੀ ਵਧੀਆ ਰਹਿੰਦਾ ਔਰ ਮੇਰੇ ਲਈ ਵੀ ਵਧੀਆ ਰਹਿੰਦਾ। ਔਰ ਮੈਂ ਕੋਈ ਵੀ ਕੰਮ ਕਰਦਾ, ਮੇਰੇ ਲਈ ਕੰਮ ਮਹੱਤਵਪੂਰਨ ਹੈ। ਮੇਰੇ ਲਈ ਇਹ ਨਹੀਂ ਕਿ ਇਹ ਡਾਇਰੈਕਟਰ ਛੋਟਾ ਜਾਂ ਇਹ ਮੂਵੀ ਛੋਟੇ ਬਜਟ ਦੀ ਹੈ, ਮੇਰੇ ਲਈ ਕੰਮ ਵੱਡਾ। ਮੈਂ ਆਪਣੇ ਕੰਮ ਨੂੰ ਵੱਡਾ ਸਮਝਦਾ ਕਿ ਮੈਂ ਉਹਦੇ ਲਈ, ਚਾਹੇ ਉਹ ਮੈਨੂੰ ਮੁਫਤ ਕੀਤੀ ਹੋਈ ਮੂਵੀ ਹੈ, ਚਾਹੇ ਮੈਂ ਲੱਖਾਂ ਰੁਪਏ ਕਰੋੜਾਂ ਰੁਪਏ ਲਏ ਹੋਏ ਨੇ, ਮੈਂ ਉਹਨੂੰ ਆਪਣੇ ਕੰਮ ਨੂੰ 100% ਹੀ ਦੇਣਾ। ਪਰ ਜਿਹੜੇ ਵੱਡੇ ਵੱਡੇ ਕਰਮਜੀਤ ਐਕਟਰਸ ਹੈਗੇ ਨੇ, ਜਦੋਂ ਨੈਗੋਸ਼ੀਏਸ਼ਨ ਹੁੰਦੀ ਹੈ ਪੈਸੇ ਦੀ, ਡੂ ਯੂ, ਉਹਦੇ ਵਿੱਚ ਕੋਈ ਸ਼ਾਈਨੈਸ ਨਹੀਂ ਹੈਗਾ? ਯੂ ਜਸਟ ਟਾਕ ਟੂ ਦੈਮ ਬਈ? ਬਿਲਕੁਲ ਜੀ, ਕਿਉਂਕਿ ਮੈਂ ਮੰਗਦਾ ਹੀ ਉਹਨੇ ਕਿਹਾ ਜਿੰਨੇ ਕੁ ਅਗਲੇ ਨੂੰ ਵੀ ਅਫੋਰਡੇਬਲ ਹੋਵੇ ਅਤੇ ਮੇਰੇ ਲਈ ਵੀ ਸਹੀ ਹੋਵੇ, ਕਿਉਂਕਿ ਮੈਂ ਵੱਡਾ ਮੂੰਹ ਵੀ ਨਹੀਂ ਅੱਟਦਾ ਹੈਗਾ ਅਤੇ ਉਹ ਉਨਾ ਕੁ, ਮੈਂ ਜਿੰਨਾ ਕੁ ਮੈਨੂੰ ਪਤਾ ਵੀ ਇੰਨਾ ਕੁ ਮੇਰੀ ਵਰਥ ਹੈਗੀ ਹੈ, ਮੈਂ ਇੰਨੇ ਕੁ ਕੱਢ ਵੀ ਜਾਣੇ ਆ, ਬਲਕਿ ਉਦੋਂ ਵੱਧ ਮੈਂ ਕੰਮ ਕਰਦਾ ਆਪਣੇ ਹਿਸਾਬ ਨਾਲ। ਇਸ ਵੇਲੇ ਤੁਸੀਂ ਕਿਸੇ ਪ੍ਰੋਜੈਕਟ ਕਰਕੇ ਇੱਥੇ ਆਏ ਹੋਏ ਹੋ? ਜੀ, PR ਮੂਵੀ ਹਰਭਜਨ ਮਾਨ ਜੀ ਦੀ, ਮਨਮੋਹਨ ਸਿੰਘ ਜੀ ਡਾਇਰੈਕਟ ਕਰ ਰਹੇ ਨੇ, ਉਹ ਮੂਵੀ ਕਰਨ ਆਇਆ।
ਤੇ ਕਿੰਨੀ ਕੁ ਦੇਰ ਵਾਸਤੇ ਆਉਂਦੇ ਹੁੰਦੇ ਹੋ, ਇਹ ਕਿੰਨੇ ਦਿਨ ਦੀ ਸ਼ੂਟ ਹੈਗੀ ਤੁਹਾਡੀ? ਮੇਰਾ 15 ਦਿਨ ਦਾ ਸ਼ੂਟ ਸੀਗਾ ਜੀ, ਅੱਜ ਕੰਪਲੀਟ ਹੋ ਚੁੱਕਿਆ। ਅੱਜ ਮੈਂ ਟੋਰਾਂਟੋ ਚੱਲਿਆ, ਇਹ ਪ੍ਰੀਮੀਅਰ 'ਤੇ ਸਪੈਸ਼ਲੀ ਆਇਆ ਸੀਗਾ, ਅਤੇ ਇਹਨਾਂ ਨੂੰ ਬੈਸਟ ਵਿਸ਼ਿਜ਼ ਕਹਿਣ, ਬਿੰਨੂ ਢਿੱਲੋਂ ਨੂੰ, ਸਮੀਪ ਭਾਅ ਜੀ ਨੂੰ, ਭੱਲਾ ਸਾਹਿਬ ਨੂੰ, ਘੁੱਗੀ ਭਾਅ ਜੀ ਨੂੰ, ਕੁਰਲਾ ਜੀ ਨੂੰ, ਔਰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ। ਔਰ ਇਹੀ ਬੇਨਤੀ ਕਰੂੰਗਾ ਸਾਰਿਆਂ ਨੂੰ ਕਿ ਸਾਰੇ ਜਣੇ ਜ਼ਰੂਰ ਨੌਕਰ ਵੋਟੀ ਦਾ ਜ਼ਰੂਰ ਦੇਖਣਾ। ਬਿਲਕੁਲ ਜੀ, ਹਲਕੀ ਫੁਲਕੀ ਮੂਵੀ ਹੈ, ਮੇਰੇ ਖਿਆਲ ਦੇ ਵਿੱਚ ਦੁਨੀਆ ਦੀ ਇੱਕ ਜਿਹੜੀ ਸੱਚਾਈ ਹੈ, ਨੌਕਰ ਵੋਟੀ ਦਾ ਮੇਰੇ ਖਿਆਲ ਦੇ ਵਿੱਚ ਇਸ ਦਾ ਥੀਮ ਹੈ ਜਿਹੜਾ ਬਹੁਤ ਖੂਬਸੂਰਤ ਹੈ, ਇਹਦੇ ਟਾਈਟਲ ਤੋਂ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਇੱਕ ਵਿਅਕਤੀ ਕਿੰਨੀ ਮੁਹੱਬਤ ਕਰਦਾ ਹੈ ਅਤੇ ਉਸ ਵਾਸਤੇ ਉਹ ਕਿਹੜੇ ਕਿਹੜੇ ਪਾਪੜ ਵੇਲਦਾ, ਮੇਰੇ ਖਿਆਲ ਦੇ ਵਿੱਚ ਹਰ ਇੱਕ ਵਿਅਕਤੀ ਨੂੰ ਫਿਲਮ ਵੇਖਣੀ ਚਾਹੀਦੀ ਹੈ। ਹਲਕੀ ਫੁਲਕੀ ਫਿਲਮ ਹੈ, ਤੁਸੀਂ ਤਰੋ ਤਾਜ਼ਾ ਹੋ ਕੇ ਨਿਕਲੋਗੇ। ਹਾਂਜੀ, ਮੂਵੀ ਬਹੁਤ ਸੋਹਣੀ ਸੀ, ਮੂਵੀ ਜੀ ਬੜੀ ਰਿਲੈਕਸਿੰਗ, ਬੜਾ ਹਲਕੀ ਫੁਲਕੀ ਫੈਮਿਲੀ ਦੇਖਣ ਵਾਲੀ ਮੂਵੀ ਆ, ਅਤੇ ਮੈਂ ਸਾਰਿਆਂ ਨੂੰ ਇਹ ਕਹੂੰਗਾ ਕਿ ਸਾਰੇ ਜਣੇ ਆਪਣੀ ਫੈਮਿਲੀ ਦੇ ਨਾਲ ਜ਼ਰੂਰ ਅਤੇ ਜ਼ਰੂਰ ਇਹ ਮੂਵੀ ਦੇਖਣਾ। ਬਹੁਤ ਅੱਛੀ ਫਿਲਮ ਹੈ, ਇੱਕ ਮੈਂ ਕਹਿ ਸਕਦਾ ਹਲਕਾ ਫੁਲਕਾ ਇੰਟਰਟੇਨਮੈਂਟ ਹੈ, ਫੈਮਿਲੀ ਮੂਵੀ ਹੈ, ਔਰ ਬੀਨੂ ਢਿੱਲੋਂ ਦੀ ਐਕਟਿੰਗ ਬਹੁਤ ਵਧੀਆ, ਸਪੈਸ਼ਲੀ ਜਿਹੜੀ ਛੋਟੀ ਬੱਚੀ ਨੇ ਇਹ 'ਚ ਐਕਟਿੰਗ ਕੀਤੀ ਹੈ, ਉਹਦਾ ਰੋਲ ਬਹੁਤ ਕਮਾਲ ਹੈ। ਵੱਡੇ ਤਾਂ ਵਧੀਆ ਐਕਟਿੰਗ ਕਰਦੇ ਹੀ ਹੁੰਦੇ ਨੇ, ਕਿਉਂਕਿ ਉਹਨਾਂ ਨੇ ਸਿੱਖਿਓ ਵੀ ਹੋ ਸਕਦੀ ਹੈ ਜਾਂ ਉਹਨਾਂ ਨੂੰ ਰੋਲ ਦੇ ਵਿੱਚ ਟਲਣਾ ਆਉਂਦਾ, ਤਜ਼ਰਬਾ ਵੀ ਹੁੰਦਾ। ਪਰ ਜਦੋਂ ਛੋਟਾ ਬੱਚਾ ਕੋਈ ਵਧੀਆ ਕੰਮ ਕਰਦਾ, ਉਹ ਵਾਕਈ ਉਹਦੀ ਸਿਫਤ ਕਰਨੀ ਬਣਦੀ ਹੈ। ਬਹੁਤ ਅੱਛੀ ਐਕਟਿੰਗ ਹੈ ਛੋਟੀ ਬੱਚੀ ਦੀ ਖਾਸ ਤੌਰ 'ਤੇ, ਔਰ ਮੇਰੇ ਖਿਆਲ ਹੈ ਕਿ ਪਰਿਵਾਰਕ ਫਿਲਮ ਦੇਖਣ ਵਾਲੀ ਸਾਰਿਆਂ ਦੀ ਫਿਲਮ ਹੈ, ਵਧੀਆ ਫਿਲਮ ਹੈ। ਬਾ ਕਮਾਲ ਕੀਤਾ, ਜਿੱਥੇ ਹਸਾਇਆ, ਨਾਲ ਤੁਹਾਨੂੰ ਕੁਛ ਸਿੱਖਣ ਵਾਸਤੇ ਵੀ ਦਿੱਤਾ। ਸਾਡੇ ਨਾਲ 9 ਰਸ ਹੁੰਦੇ ਆ, ਉਹਦੇ 'ਚ ਹਾਸੇ ਰਸ ਸਭ ਤੋਂ ਪਹਿਲਾਂ ਆਉਂਦਾ ਔਰ ਸ਼ਾਂਤ ਰਸ ਸਭ ਤੋਂ ਥੱਲੇ ਆਉਂਦਾ। ਸੋ ਜ਼ਿੰਦਗੀ ਦੇ ਹਰ ਇੱਕ ਰਸ ਹੁੰਦੇ ਆ, ਦਰਦ ਹੁੰਦੇ ਆ, ਭੈ ਹੁੰਦਾ, ਹਾਸੇ ਹੁੰਦਾ, ਸ਼ਿੰਗਾਰ ਹੁੰਦਾ। ਸੋ ਇਹਦੇ ਸਾਰਾ ਕੁਛ ਹੈਗਾ, ਔਰ ਇੱਕ ਸਿੱਖਣ ਵਾਸਤੇ ਹੈਗਾ ਵੀ ਰਿਲੇਸ਼ਨਸ਼ਿਪ 'ਚ ਕਦੀ ਕਦੀ ਕੁਛ ਮਿਸਅੰਡਰਸਟੈਂਡਿੰਗ ਹੋ ਜਾਂਦੀ ਆ, ਤਾਂ ਉਹਨੂੰ ਜਿਹੜੇ ਸੋਲਵ ਕਿੱਦਾਂ ਕਰਨੀ ਆ, ਔਰ ਇਹ ਪਿਆਰ ਮੁਹੱਬਤ ਔਰ ਕੁਰਬਾਨੀ ਦੇ ਨਾਲ ਹੀ ਹੁੰਦਾ। ਜਿੱਦਾਂ ਰਾਂਝੇ ਨੇ 12 ਸਾਲ ਮੱਝੀਆਂ ਚੜਾਈਆਂ ਸੀ, ਇਹਦੇ ਵਿੱਚ ਵੀ ਜਿਹੜਾ ਮੇਨ ਪਾਤਰ ਆ ਉਹ ਵੀ ਕੁਰਬਾਨੀ ਕਿੱਦਾਂ ਕਰਦਾ, ਔਰ ਜਿਹੜੀ ਬੱਚੀ ਆ ਮੰਨਤ ਜਿਹਦਾ ਰੋਲ ਆ, ਉਹਦਾ ਬਾ ਕਮਾਲ ਰੋਲ ਹੈਗਾ। ਮੈਂ ਉਹਨੂੰ ਬੈਸਟ ਐਕਟਰੈਸ ਅਵਾਰਡ ਦੇਣਾ ਚਾਹੁੰਦਾ ਇਸ ਸਾਲ ਦੀ, ਔਰ ਜੂਰੀ ਮੇਰੇ ਖਿਆਲ ਨਾਲ ਮੇਰੇ ਨਾਲ ਐਗਰੀ ਕਰੇਗੀ। ਐਕਟਰਸ ਜਿਹੜੇ ਹੈਗੇ ਉਹ ਸਾਰੇ ਬਹੁਤ ਹੀ ਬਾ ਕਮਾਲ ਹੈਗੇ ਆ, ਸਟੋਰੀ ਬਹੁਤ ਅੱਛੀ ਆ, ਔਰ ਇੱਕ ਮਿੰਟ ਵੀ ਲੈਗ ਨਹੀਂ ਕਰਦੀ ਵੀ ਤੁਸੀਂ ਕਹੋ ਵੀ ਮੈਂ ਬੋਰ ਹੋ ਰਿਹਾ, ਤੁਹਾਨੂੰ ਇਨਵੋਲਵ ਕਰਕੇ ਰੱਖਦੀ ਆ। ਕਾਮੇਡੀ ਦਾ ਤਾਂ ਚਲੋ ਤੜਕਾ ਲੱਗਦਾ ਹੀ ਲੱਗਦਾ, ਔਰ ਇਹ ਇਹੋ ਜਿਹੀ ਕਾਮੇਡੀ ਨਹੀਂ ਹੈ ਵੀ ਤੁਸੀਂ ਜ਼ਬਰਦਸਤੀ ਹੱਥ ਰਹੇ ਹੋ, ਤੁਸੀਂ ਵਾਕਈ ਹੱਸੋਗੇ, ਕਿਉਂਕਿ ਸੀਨ ਇਹੋ ਜਿਹਾ ਕ੍ਰੀਏਟ ਹੁੰਦਾ, ਔਰ ਡਾਇਲੋਗਸ ਇਹੋ ਜਿਹੇ ਹੈਗੇ ਆ, ਅਦਾਕਾਰੀ ਇਹੋ ਜਿਹੀ ਹੈਗੀ, ਔਰ ਸਮੀਪ ਕੰਮ ਦੀ ਜਿਹੜੀ ਡਾਇਰੈਕਸ਼ਨ ਹੈ ਬਾ ਕਮਾਲ ਆ। ਜਿਹੜੀ ਮਾਹੌਲ ਇਹ ਹੈ ਵੀ ਗੱਲ ਕਿਸੇ ਪਾਸੇ ਵੀ ਜਾ ਸਕਦੀ ਹੈ। ਹੇਅਰ ਬਹੁਤ ਸੂਟ ਕਰਦੇ ਆ ਤੁਹਾਨੂੰ। ਬਸ ਜੀ, ਕਾਲੀ ਕਾਲੀ ਜੋ ਮਿਲੇ ਲਾ ਲਿਆ ਜੀ। ਮਤਲਬ ਤੇਰਾ ਚਾਚਾ ਵੀ ਪਿੰਡ ਵਿਹਲਾ ਹੀ ਆ, ਉਹਨੂੰ ਮਾਲੀ ਲਵਾ ਉੱਥੇ। ਕਿਆ ਸਹੁਰਿਆਂ ਦੀ ਲੇਬਰ ਸੈੱਟ ਕਰ ਰਿਹਾ ਯਾਰ ਤੂੰ।